ਉਸੇ ਕੌਂਸਲ ਪੁੱਛੀ ਕਹਿੰਦੇ ਕਿੰਨੇ ਜਾਣੇ ਹੋ, ਮੈਂ ਕਿਹਾ ਵੀ ਚੈੱਕ ਕਰੋ ਬਈ ਮਲੇਸ਼ੀਆ ਦਾ ਕਿੰਨਾ ਜ਼ਿਆਦਾ ਘੈਂਟ ਵਿਊ ਵਾਲਾ ਕੰਮ ਹਮਲਾ ਹੋਇਆ ਸੀਗਾ ਕਰਦਾ ਸੁਣਦਾ ਤੁਹਾਨੂੰ ਸਾਡਾ ਜਹਾਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਸੋ ਆਪਾਂ ਵੀ ਵਧੀਆ। ਸੋ ਆਪਾਂ ਫਿਰ ਚੱਲੇ ਮਲੇਸ਼ੀਆ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਵੀ ਆਪਾਂ ਗਏ ਸੀ ਮਲੇਸ਼ੀਆ 1 ਮਹੀਨੇ ਲਈ ਗੱਤਕਾ ਖੇਡਣ ਲਈ। ਸੋ ਇਸ ਵਾਰ ਆਪਾਂ ਫਿਰ ਚੱਲੇ ਹਾਂ ਮਲੇਸ਼ੀਆ। ਸੋ ਆਪਣੀ ਤਿਆਰੀ ਪੂਰੀ ਆ, ਆਪਾਂ ਸਭ ਤੋਂ ਪਹਿਲਾਂ ਜਾਣਾ ਰੋਪੜ, ਉਹ ਤੋਂ ਬਾਅਦ ਜਾਣਾ ਆਪਾਂ ਅੰਮ੍ਰਿਤਸਰ ਸਾਹਿਬ, ਕਿਉਂਕਿ ਪਿਛਲੀ ਵਾਰ ਆਪਣੀ ਫਲਾਈਟ ਸੀਗੀ ਦਿੱਲੀ ਤੋਂ। ਸੋ ਇਸ ਵਾਰ ਦਿੱਲੀ ਥੋੜ੍ਹਾ ਜਿਹਾ ਜਾਮ ਜ਼ਿਆਦਾ ਕਰਕੇ ਉਹਦੇ ਕਰਕੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਹੀ ਕਰਾਈ ਆ। ਸੋ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਰਾਤ ਦੇ 11:15 ਵਜੇ ਆਪਣੀ ਫਲਾਈਟ ਆ, ਪੈਕਿੰਗ ਪੂਰੀ ਹੋ ਗਈ। ਆਪਣੇ ਕੋਲ ਵੇਟ ਸੀਗਾ ਵੈਸੇ 27 ਕੇ ਜੀ, ਪਰ ਟੇਚੀ ਮੈਂ ਛੋਟਾ ਹੀ ਲੈ ਲਿਆ, ਉਹ 11 ਕਿਲੋ 'ਚ ਹੀ ਭਰ ਗਿਆ। ਚਲੋ ਬਹੁਤ ਆ, ਇੰਨਾ ਕੁ ਆਪਣੇ ਕੋਲ 11 ਕਿਲੋ ਆਪਣੇ ਕੋਲ ਵੇਟ ਆ। ਆਉਂਦੇ ਹੋਏ ਜੇ ਉਦੋਂ ਆਪਾਂ ਸਮਾਨ ਸਮੂਨ ਵੀ ਖਰੀਦਣਾ ਹੋਇਆ ਵਾਧੂ ਖਰੀਦ ਸਕਦੇ, ਆਪਣੇ ਕੋਲ 27 ਕਿਲੋ ਟੋਟਲ ਆ ਬਚਿਆ ਹੋਇਆ, ਬਹੁਤ ਹੈਗਾ ਵਾ। ਸੋ ਆਪਾਂ ਚੱਲੇ ਹਾਂ, ਤੁਹਾਨੂੰ ਸਾਰਾ ਦਿਖਾਵਾਂਗੇ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਸੋ 1 ਮਹੀਨਾ ਹੁਣ ਪੂਰਾ ਮਲੇਸ਼ੀਆ, ਅਤੇ ਉੱਥੇ ਨਾਲ ਦੇ ਦੇਖਦੇ ਹਾਂ ਜੇ ਨਾਲ ਕਿਸੇ ਪਾਸੇ ਕੰਟਰੀ ਦਾ ਬਣਿਆ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਸੋ ਸਾਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਧੰਨਵਾਦ। ਆਪਾਂ ਪਿੰਡੋਂ ਤੁਰ ਪਏ ਹਾਂ, ਦਰਬਾਰ ਸਾਹਿਬ ਵਿੱਚ ਮੱਥਾ ਟੇਕ ਆਏ ਆ, ਅਰਦਾਸ ਬੇਨਤੀ ਕਰਤੀ ਆ। ਹੁਣ ਆਪਾਂ ਇੱਥੋਂ ਗੱਡੀ ਆਪਣੀ ਆਈ ਹੋਈ ਆ, ਉਹ ਤੁਹਾਨੂੰ ਦਿਖਾ ਦਾਂਗੇ। ਸੋ ਆਪਾਂ ਹੁਣ ਇੱਥੋਂ ਸਿੱਧਾ ਜਾਵਾਂਗੇ ਅੰਮ੍ਰਿਤਸਰ ਸਾਹਿਬ, ਉਹ ਤੋਂ ਬਾਅਦ ਉੱਥੋਂ ਆਪਣੀ ਫਲਾਈਟ ਆ ਐਤਕੀ। ਪਿਛਲੀ ਵਾਰ ਤਾਂ ਦਿੱਲੀ ਸੀ, ਐਤਕੀ ਅੰਮ੍ਰਿਤਸਰ ਸਾਹਿਬ। ਤੁਹਾਨੂੰ ਪਹਿਲਾਂ ਅੰਮ੍ਰਿਤਸਰ ਸਾਹਿਬ ਦਰਸ਼ਨ ਮੇਲੇ ਕਰਕੇ ਫਿਰ ਸਿੱਧਾ ਜਾਵਾਂਗੇ ਫਲਾਈਟ 'ਚ। ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ, ਵਲੌਗ ਨਾਲ ਜੁੜੇ ਰਹੋ। ਚੱਕੋ ਵੀ ਆਹ ਦੇਖੋ, ਇੱਕ ਆਹ ਕੱਟੇ ਆਣੀ ਆ, ਆਹ ਤਾਂ ਚਲੋ ਸਾਰਾ ਆਪਣਾ ਸਮਾਨ ਆ, ਆਹ ਸਾਰਾ ਆਪਣਾ। ਹੁਣ ਇੱਕ ਆਹ ਕੱਟੇ ਆਣੀ ਆ, ਇੱਕ ਉਹ ਕੱਟੇ ਆਣੀ ਆ, 3 ਕਿੱਟਾਂ ਸਾਡੀਆਂ ਸ਼ਾਸਤਰ ਵਾਲੀਆਂ ਨੇ ਵੀ ਆ ਦੇਖੋ, ਅਤੇ ਬਾਕੀ ਆਹ ਸਮਾਨ ਸਾਰੇ ਸਾਡੇ ਆਪ 'ਤੇ ਪਏਗਾ। ਇੱਕ ਲੈਪਟੋਪ ਵੀ ਜਾਣਾ ਇਸ ਵਾਰ, ਤਾਂ ਤਕੜਾ ਪ੍ਰੋਸੈਸ ਕਰਕੇ ਆਉਣਾ ਇਸ ਵਾਰ ਆਪਾਂ, ਪੂਰਾ ਪੂਰਾ ਧੰਨ ਧੰਨ ਕਰਾਉਣੀ ਆ ਐਤਕੀ। ਸਮਾਨ ਗੱਡੀ 'ਚ ਰੱਖਣ ਲੱਗਿਆ, ਆਪਣੀ ਗੱਡੀ ਆ, ਗੱਡੀ ਵਾਲਾ ਡਰਾਈਵਰ ਟਾਈਮ ਨਾਲ ਹੀ ਪਹੁੰਚ ਗਿਆ ਜੀ। ਸ਼ਾਸਤਰ ਵਾਲੀ ਘੱਟ ਦੇਖੋ ਆਪਣੀ, ਖੋਲੋ ਵੀਰੇ ਗਾੜੀ ਖੋਲੋ, ਸਮਾਨ ਆਪਾਂ ਸਾਰਾ ਰੱਖ ਲਿਆ। ਲਾਦੋ ਲਾਦੋ ਵੀਰੇ, ਚੱਕਰੀ ਨਹੀਂ ਕੋਈ, ਆਪਣੀ ਸਾਰੀ ਹੋ ਗਈ। ਹੁਣ ਆਪਾਂ ਤਿਆਰ ਆ ਇੱਥੋਂ ਜਾਣ ਲਈ,
ਡਨ ਹੁਣ ਆਪਾਂ ਇੱਥੋਂ ਜਾਣ ਲਈ ਤਿਆਰ ਆ ਪੈਕਿੰਗ ਗੱਡੀ ਆਪਣੀ ਤਿਆਰ ਤਿਆਰ ਸਤਿ ਸ੍ਰੀ ਅਕਾਲ ਰੋਪੜ ਤੋਂ ਤੁਰ ਪਏ ਆ ਸਾਰੀ ਫੌਜ ਬੈਠੀ ਉਹਨੂੰ ਜੱਸੀ ਨੂੰ ਫੋਨ ਮਾਰਦੇ ਪੁੱਛਣਾ ਜੇ ਲੈਟਰ ਦਿੱਤੇ ਪਾਸੇ ਆਉਂਦਾ ਮਿਲਣਾ ਉੱਥੇ ਜੀ ਮਿਲਣਾ ਹੈਲੋ ਨਵੇਂ ਸ਼ਹਿਰ ਤੋਂ ਦੇਖੋ ਆਪਾਂ ਲੈਣੀ ਆ 24,000 ਦੇ ਰਿੰਗੜ ਕਿਉਂਕਿ ਮਲੇਸ਼ੀਆ 'ਚ ਰਿੰਗੜ ਚੱਲਦੇ ਸਿੰਘ ਜੀ ਵੀ ਆ ਗਏ ਨੇ ਲੇਟ ਹੋ ਗਏ ਇਹਨਾਂ ਨੂੰ ਰਾਸਤੇ 'ਚ ਚੱਕਿਆ ਆਪਾਂ ਦਰਬਾਰ ਸਾਹਿਬ ਪਹੁੰਚ ਗਏ ਹਾਂ ਅੰਮ੍ਰਿਤਸਰ ਸਾਹਿਬ ਗੱਡੀ ਆਪਾਂ ਲਾਉਣ ਲੱਗੇ ਹੁਣ ਪਾਰਕਿੰਗ 'ਚ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਅੱਗੇ ਏਅਰਪੋਰਟ ਦਰਬਾਰ ਸਾਹਿਬ ਆ ਗਏ ਹਾਂ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਦਰਸ਼ਨ ਕਰਕੇ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ ਏਅਰਪੋਰਟ 'ਤੇ ਦਰਬਾਰ ਸਾਹਿਬ ਵਾਹਿਗੁਰੂ ਮਹਾਰਾਜ ਕਿਰਪਾ ਕਰਿਓ ਜੀ ਦੇਖੋ ਅਕਾਲ ਤਖਤ ਸਾਹਿਬ ਜਦੋਂ ਹਮਲਾ ਹੋਇਆ ਸੀਗਾ ਦੇਖੋ ਬਈ ਇਹ ਜਦੋਂ ਆਪਾਂ ਦਰਬਾਰ ਸਾਹਿਬ ਆਉਂਦੇ ਹਾਂ ਜਿੱਥੇ ਨਿਸ਼ਾਨ ਸਾਹਿਬ ਬਣੇ ਹੋਏ ਉਹਦੇ ਇੱਧਰਲੇ ਪਾਸੇ ਬਣਿਆ ਹੋਇਆ ਸਾਰੇ ਆ ਸ਼ਹੀਦ ਸਿੰਘ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਉਦੋਂ ਦੇ ਸਾਰੇ ਸ਼ਹੀਦ ਹੋਏ ਸਾਰੇ ਗੈਲਰੀ ਬਣਾਈ ਹੋਈ ਹੈ ਅਤੇ ਸ਼ਕਤੀ ਦਾ ਮੁੱਖ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ ਵਿੱਚ ਦਰਸ਼ਨ ਕਰ ਰਹੇ ਹਾਂ ਮੱਥਾ ਤਾਂ ਟੇਕ ਨਹੀਂ ਹੋਇਆ ਆਪਾਂ ਪਰਿਕਰਮਾ 'ਤੇ ਦਰਸ਼ਨ ਕਰ ਲਏ ਸੀਗੇ ਅਤੇ ਅਕਾਲ ਤਖਤ ਸਾਹਿਬ ਜਾਏ ਸੀ ਸੋ ਹੁਣ ਆਪਾਂ ਥੋੜ੍ਹਾ ਜਿਹਾ ਸਮਾਨ ਲੈਣਾ ਥੋੜ੍ਹੇ ਸ਼ਸਤਰ ਲੈਣੇ ਸ਼ਸਤਰ ਲੈ ਕੇ ਆਪਾਂ ਸਿੱਧਾ ਜਾਣਾ ਵਾ ਏਅਰਪੋਰਟ 'ਤੇ ਏਅਰਪੋਰਟ ਤੋਂ ਬਸ ਫਿਰ ਬਹਿਣਾ ਜਹਾਜ਼ ਫਿਰ ਮਲੇਸ਼ੀਆ ਜਾ ਕੇ ਉਤਰਾਂਗੇ ਦਿਖਾਵਾਂਗੇ ਸਾਰਾ ਪਹਿਲਾਂ ਵੀ ਗਏ ਹਾਂ ਵੈਸੇ ਕੋਈ ਬੜਾ ਉੰਨਾ ਚਾਹ ਪੈ ਨਹੀਂ ਪਰ ਫਿਰ ਵੀ ਜਹਾਜ਼ ਵਾਲਾ ਜਿਹੜਾ ਨਜ਼ਾਰਾ ਨਾ ਉਹ ਤਾਂ ਲੱਗ ਹੀ ਹੁੰਦਾ ਬਾਈ ਸਮਾਨ ਲੈ ਲਈ ਥੋੜ੍ਹਾ ਜਿਹਾ ਬਸ ਫਿਰ ਚੱਲਦੇ ਹਾਂ ਹੁਣ ਚੱਲੇ ਘਰਾਂ ਨੂੰ ਪੂਰਾ ਪਹਿਲਾਂ ਹੋਵੇ ਸੁਪ੍ਰੀਤ ਭਾਅ ਜੀ ਆਪਾਂ ਨੂੰ ਆਏ ਸੀ ਮਿਲਣ ਵਾਸਤੇ ਸੋ ਆਪਾਂ ਖਾ ਪੀ ਕੇ ਹੁਣ ਲੈਸ ਗੋ ਹੋਈਏ ਚਲੋ ਵੀ ਓਕੇ ਬਾਏ ਡਨ ਸੁਪ੍ਰੀਤ ਭਾਅ ਜੀ ਆਪਾਂ ਨੂੰ ਮਿਲਣ ਆਏ ਨੇਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦੀਪ ਭਾਅ ਜੀ ਸਾਡੇ ਗੁਰਦੀਪ ਸਿੰਘ ਜੀ ਦੀਪ ਇਹਨਾਂ ਦੀ ਰਹਿਨਮਾਈ ਇੱਕ ਸਮੁੱਚਾ ਜਥਾ ਜਿਹੜਾ ਉਹ ਮਲੇਸ਼ੀਆ ਜਾ ਰਿਹਾ ਜੀ ਰਤਕੇ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਗੁਰੂ ਸਾਹਿਬ ਆਪ ਹੀ ਸੇਵਾ ਲੈ ਰਹੇ ਨੇ ਸੋ ਅਮਰ ਸ਼ਹੀਦ ਧੰਨ ਸਰ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਰਤਕਾ ਅਖਾੜਾ ਰੋਪੜ ਦਾ ਸਮੁੱਚਾ ਜਥਾ ਸੋ ਗੱਲ ਖਾਲਸਾ ਕਰ ਸੋ ਫਾਈਨਲੀ ਆਪਾਂ ਏਅਰਪੋਰਟ 'ਤੇ ਪਹੁੰਚ ਗਏ ਹਾਂ ਲੈਂਡਿੰਗ ਹੋ ਗਈ ਆਪਣੀ ਦਿੱਲੀ ਸੋਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ 'ਤੇ ਹੁਣ ਆਪਾਂ ਲਾਉਣਾ ਸਮਾਨ ਸਾਰਾ ਸਾਰਾ ਲਾਓ ਸਮਾਨ ਲਾ ਕੇ ਫਿਰ ਆਪਾਂ ਕਰਾਵਾਂਗੇ ਇਮੀਗ੍ਰੇਸ਼ਨ ਸਾਰਿਆਂ ਦੇ ਮੋਟੇ ਉੱਤੇ ਨੂੰ ਕੋਈ ਉੱਥੇ ਖੜਾ ਕੋਈ ਇੱਧਰ ਖੜਾ ਕੋਈ ਕਿਤੇ ਖੜਾ ਹੈ ਟੇਚੀ ਦੇਖੋ ਕਮ ਸੈਟਿੰਗ ਸੈਟਿੰਗ ਹੋ ਰਹੀ ਆ ਨਾ ਨਹੀਂ ਕਿਰਪਾਨਾ ਵੱਜਣੀ ਫੜਾ ਦੇ ਐਂਟਰੀ ਹੋਣ ਲੱਗੀ ਆ ਹੁਣ ਇੱਥੋਂ ਗੇਟ ਤੋਂ ਫੌਜਾਂ ਤਿਆਰ ਪਰ ਤਿਆਰ ਐਂਟਰੀ ਹੋਣ ਲੱਗੀ ਆ ਹੁਣ ਆਪਣੀ ਬੱਸ ਐਂਟਰੀ ਹੋਣ ਤੋਂ ਬਾਅਦ ਤਿਆਰ ਆਪਾਂ ਏਅਰਪੋਰਟ ਵਿੱਚ ਐਂਟਰੀ ਕਰਦੇ ਹਾਂ
ਇਹ ਆ ਅੰਮ੍ਰਿਤਸਰ ਦਾ ਏਅਰਪੋਰਟ ਦੇਖੋ, ਇਹ ਛੋਟਾ ਵਾ ਦਿੱਲੀ ਵਾਲੇ ਨਾਲੋਂ ਪਰ ਵਧੀਆ ਬਾਈ ਸਾਫ਼ ਆ। ਆਪਾਂ ਵੇਟ ਦੀ ਸੈਟਿੰਗ ਕਰਤੀ ਇੱਕ ਦੋ ਜਣਿਆਂ ਕੋਲ, ਜਿਵੇਂ ਮੇਰੇ ਕੋਲ 11 ਕਿਲੋ ਸੀਗਾ, ਸੋ 4 ਕਿਲੋ ਆਪਾਂ ਗੁਰਜੀਤ ਵਾਲੇ 'ਚ ਕੱਢਤਾ। ਹੁਣ ਆਪਣੇ ਕੋਲ ਸਾਰਿਆਂ ਕੋਲ 7-7 ਕਿਲੋ ਅਤੇ 20-20 ਕਿਲੋ ਅਲੱਗ ਹੋ ਗਿਆ ਜਿਹੜਾ ਆਪਾਂ ਲਗੇਜ 'ਚ ਭੇਜਣਾ। 7-7 ਕਿਲੋ ਜਿਹੜਾ ਆਪਣੇ ਕੋਲ ਨਾਲ ਜਾਣਾ ਵਾ ਕੈਬਨ ਬੈਗ 'ਚ, ਉਹ ਆਪਾਂ ਸਾਰਾ ਐਡਜਸਟਮੈਂਟ ਕਰ ਲਈਏ। 7-7 ਕਿਲੋ ਦੀ 20-20 ਕਿਲੋ ਆਪਾਂ ਦੂਜੇ 'ਚ ਭੇਜ ਦਿੰਦੇ। ਨਹੀਂ ਇਹ ਹੈਂਡ ਬੈਗ ਨਹੀਂ ਹੈਗੀ, ਇਹ ਦੂਜਾ ਵਾ ਹੈਂਡ ਬੈਗ। ਹੈਂਡ ਬੈਗ ਚੱਕ ਲਓ ਆਪਦੇ। ਨਹੀਂ ਇਹ ਤਾਂ ਬਾਈ ਹੈਂਡ ਆ, ਇਹ ਹੈਂਡ ਬੈਗ। ਹੋਰ ਭਾਜੀ ਭਾਜੀ ਹੈਂਡ ਬੈਗ ਲਗੇ ਸਾਰਾ ਚੈੱਕ ਹੋਊਗਾ ਜਿੰਨਾ ਜਿੰਨਾ ਆਪਾਂ ਨੂੰ ਮਿਲਿਆ ਲਗੇ, ਉਸ ਹਿਸਾਬ ਨਾਲ ਚੈੱਕ ਕਰਕੇ ਫਿਰ ਅੱਗੇ ਆਪਣੀ ਹੋਊਗੀ ਇਮੀਗ੍ਰੇਸ਼ਨ। ਸਭ ਤੋਂ ਪਹਿਲਾਂ ਆਪਣੇ ਬੈਗ ਚੈੱਕ ਹੁੰਦੇ ਹੋ ਦੇਖੋ ਸਾਰੇ, ਇਹ ਆ ਕੇ ਪਤਾ ਲੱਗਿਆ ਕਿਉਂਕਿ ਮਲੇਸ਼ੀਆ ਨੇ ਉਹ ਫੀ ਐਂਟਰੀ ਫ੍ਰੀ ਕੀਤੀ ਸੀ, ਵੀਜ਼ਾ ਫ੍ਰੀ ਆ, ਉਹਦੇ ਕਰਕੇ ਸਾਨੂੰ ਪਤਾ ਲੱਗਿਆ ਫਾਰਮ ਭਰਨਾ ਪੈਣਾ ਉਹਦੇ ਸਾਰੇ ਕਿਵੇਂ ਲੱਗੇ ਹੋਏ ਯਾਰ। ਇਹਦਾ ਤਾਂ ਵੀ ਵਾਲਾ ਕੰਮ ਆਪਾਂ ਕਰਦੇ ਆ, ਹੋਰ ਕੀ ਬਾਈ ਇੱਥੇ ਆ ਕੇ ਪਤਾ ਲੱਗਾ ਉਹਦੇ ਸਾਰੇ ਕਿਵੇਂ ਲੱਗੇ ਹੋਏ। ਉੱਧਰ ਲੱਗੇ ਵੀ, ਉੱਧਰ ਲੱਗਿਆ ਵੀ, ਉੱਧਰ ਲੱਗਿਆ ਉਹ ਵੀਰ ਨੇ ਸਾਡੀ ਬਹੁਤ ਮਦਦ ਕੀਤੀ ਵੀਰ ਨੇ। ਭਾਜੀ ਇਹਦੇ ਬਾਰੇ ਦੱਸੋ ਜਿਹੜਾ ਨਵਾਂ ਪੰਗਾ ਛੇੜੇ ਇਹਨਾਂ ਨੇ, ਬਹੁਤ ਗਲਤ ਜਿਹਾ ਪੰਗਾ। ਸਾਨੂੰ ਪਹਿਲਾਂ ਇਨਫੋਰਮੇਸ਼ਨ ਮਿਲੀ ਹੁੰਦੀ ਤਾਂ ਆਪਾਂ ਪਹਿਲਾਂ ਹੀ ਕਰਕੇ ਆਉਣਾ ਸੀਗਾ, ਅਸੀਂ ਘਰੋਂ ਕਰਕੇ ਆਉਣਾ ਹੈ ਬਾਈ। ਰੋਟੀਆਂ ਜੋੜ ਜੇ ਰਹੇ ਉੱਧਰ, ਆਹ ਦੇਖੋ ਕਿਵੇਂ ਲੱਗੇ ਹੋਏ ਸਾਰੇ। ਕਿਹੜਾ ਕਿਹੜਾ ਪਰੌਂਠਾ ਲੈ ਕੇ ਆਇਆ, ਕਿਹੋ ਵੀ ਉਹਦੇ 'ਚ ਲੱਗੇ ਰਹੇ। ਹੋ ਗਿਆ ਆ ਸਿੰਘ ਦਾ ਰਹਿ ਗਿਆ ਬਸ, ਸਿੰਘ ਹੀ ਉਲਝ ਗਿਆ ਪਿਆ ਵਿਚਾਰਾ। ਲੈ ਇੱਧਰ ਵੀ ਹੋ ਗਿਆ, ਆਹ ਚਾਹੀਦਾ ਜੀ ਆਪਾਂ ਨੂੰ, ਇਹਨੇ ਪੰਗਾ ਪਾਇਆ। ਫਾਈਨਲੀ ਆਪਾਂ ਨੂੰ ਬੋਰਡਿੰਗ ਪਾਸ ਮਿਲ ਗਏ ਨੇ, ਹੁਣ ਆਪਾਂ ਫ੍ਰੀ ਬੋਰਡਿੰਗ ਪਾਸ ਮਿਲ ਗਏ ਆ। ਸੋ ਹੁਣ ਆਪਾਂ ਨੂੰ ਹਲੇ ਇਮੀਗ੍ਰੇਸ਼ਨ ਪਈ ਆ ਆਪਣੀ, ਮਤਲਬ ਇੱਥੇ ਬੜਾ ਬਈ ਇਹਨਾਂ ਨੇ ਖੱਜਲ ਕੀਤਾ ਕਿਉਂਕਿ ਪਹਿਲੇ ਸਾਨੂੰ ਪਤਾ ਨਹੀਂ ਸੀ ਮਲੇਸ਼ੀਆ ਦਾ ਆਉਣਾ ਵੀਜ਼ਾ ਫ੍ਰੀ ਆ, ਉਹਦੇ ਕਰਕੇ ਇਹਨਾਂ ਨੇ ਇੱਕ ਫਾਰਮ ਜਿਹਾ ਭਰਾਉਣਾ ਸੀਗਾ ਈਮੇਲ 'ਤੇ ਬਾਈ। ਉਹ ਇੰਨਾ ਪਾਗਲ, ਹਲੇ ਵੀ ਆਹ ਲੱਗੇ ਹੋਏ ਆ ਲੈ ਦੇਖ ਲਓ, ਹਲੇ ਵੀ ਅੱਧੇ ਲੱਗੇ ਆ। ਉਹਨੇ ਬੜਾ ਬਈ ਸਾਨੂੰ ਖੱਜਲ ਕੀਤਾ, ਕੀ ਦੱਸੀਏ ਤੁਹਾਨੂੰ, ਬੁਰਾ ਹਾਲ ਕਰਤਾ ਉਹਨੇ। ਚਲੋ ਕੋਈ ਨਾ, ਆਪਾਂ ਨੂੰ ਮਿਲ ਗਿਆ ਵਾ ਬੋਰਡਿੰਗ ਕਾਰਡ, ਅੱਗੇ ਦੇਖਦੇ ਆਪਣੀ ਇਮੀਗ੍ਰੇਸ਼ਨ ਹੋ ਗਈ ਆ। ਸਟੈਂਪ ਆਪਣੀ ਲੱਗ ਗਈ, ਤੇਰੀ ਵੀ ਹੋ ਗਈ ਹੈ ਨਾ ਇਮੀਗ੍ਰੇਸ਼ਨ। ਆਹ ਚੱਕੋ ਇਹ ਇੱਕ ਸਟੈਂਟ, ਆਹ ਦੇਖੋ ਆਹ ਨਵੀਂ ਸਟੈਂਪ ਲੱਗੀ ਆਪਣੀ, ਉਹ ਪਿਛਲੇ ਸਾਲ ਦੀ ਆਇਆ ਸੀਗੀ ਨਵੀਂ 3 ਅਪ੍ਰੈਲ ਦੀ। ਸੋ ਸਟੈਂਪ ਆਪਣੀ ਲੱਗ ਗਈ ਆ, ਇੰਡੀਆ ਦੀ ਹੋ ਗਿਆ, ਹਾਂ ਸੀ ਇੰਡੀਆ ਦੀ ਸਾਡੀ ਇਮੀਗ੍ਰੇਸ਼ਨ ਹੋ ਗਈ। ਅਤੇ ਬਾਕੀ ਹਲੇ ਇੱਕ ਬੰਦਾ ਸਾਡਾ ਉਹ ਖੜਾ, ਬੰਦੇ ਦਿਖਾ ਦਈਏ ਇੱਕ ਸਕਿੰਟ, ਸਾਡੇ ਇੱਕ ਬੰਦਾ ਉਹ ਖੜਾ, ਦੋ ਖੜੇ, ਇੱਕ ਖੜੇ, ਉਹ ਖੜੇ, ਮਗਰ ਖੜੇ ਆ। ਸਮਾਨ ਕੱਢ ਕੇ ਸਾਰਾ ਫੋਨ ਵੀ ਰੱਖ ਲੈਂਦੇ ਰੱਖਣਾ, ਹਾਂ ਹਾਂ ਕੱਢਦੇ ਇਹਦੇ ਵਿੱਚੋਂ ਸਮਾਨ ਸਾਰਾ, ਹਾਂਜੀ ਉਹ ਚੱਕ ਲਓ ਸਾਰਾ ਸਮਾਨ ਆਪਾਂ ਹੁਣ ਕੱਢਣਾ ਪੈਣਾ ਵਿੱਚੋਂ, ਚਾਰਜਰ ਚੂਰਜਰ ਸਾਰਾ ਜਿੰਨਾ ਕੁਛ ਵੀ ਹੈਗਾ ਕੱਢ ਕੇ ਇੱਥੇ ਰੱਖ ਕੇ ਅੱਗੇ ਉਹਨਾਂ ਨੇ ਕੰਮ ਦੇਣਾ ਵਾ। ਅਤੇ ਹੋਰ ਮੇਰੇ ਕੋਲ ਕੀ ਆ, ਐਨਕਾਂ ਨਹੀਂ ਮੇਰੇ ਕੋਲ ਇੱਕ, ਬਸ ਆਈ ਥਿੰਕ ਮੇਰਾ ਮਟੀਰੀਅਲ ਓਕੇ ਆ। ਹੋਰ ਬਸ ਦੇਖੀ ਜਾਓ ਬਾਕੀ ਕੀ ਕਹਿੰਦੇ ਆ, ਉਹ ਅੱਗੇ ਕੱਢ ਲਓ ਬਾਈ ਸਾਰਾ ਸਮਾਨ ਕੱਢ ਲਓ। ਸਮਾਨ ਪਈਏ ਹੁਣ ਚਾਰਜਰ ਪਾਉਂਦੀ ਪਈ ਗੇਅਰ 'ਚ, ਚੈਕਿੰਗ ਆਪਾਂ ਕਰਾਇਆ ਹੁਣ ਆਪਾਂ ਸਮਾਨ ਆਪਦਾ ਸਾਰਾ ਚੱਕਣ ਲੱਗੇ ਬਾਕੀ ਕਰਾਉਂਦੇ। ਉਹ ਦੇਖੋ ਕਿੰਨਾ ਵੱਡਾ, ਇੱਥੇ ਦੇਖੋ ਸਰ, ਥੱਲੇ ਥੋੜ੍ਹੀ ਜਿਹੀ ਫਲਾਈਟਾਂ ਨਹੀਂ ਗੀਆਂ, ਉੱਥੇ ਦੇਖੋ ਕਿੰਨੀਆਂ ਫਲਾਈਟਾਂ ਹੁੰਦੀਆਂ, ਇੱਥੇ ਦੁਕਾਨਾਂ ਦੇਖੋ ਲੈ ਇੱਕ ਦੋ ਬਸ, ਹਲੇ ਤੱਕ ਤਾਂ ਸਾਨੂੰ ਇੰਨਾ ਕੀ ਦਿਖਿਆ ਏਅਰਪੋਰਟ, ਬਾਕੀ ਅੱਗੇ ਅੱਗੇ ਪਤਾ ਨਹੀਂ ਸ਼ਾਇਦ ਵੱਡਾ ਹੋਵੇ, ਅਗਲਾ ਤਾਂ ਹੁਣ ਹੀ ਚੇਂਜ ਹੋ ਗਿਆ ਤਾਂ ਪਤਾ ਨਹੀਂ ਕੀ ਹੋਣਾ। ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ ਬਾਥਰੂਮ ਦੇਖ ਲਓ,
ਸਿਰਫ ਬੈਗ ਬੈਗ ਉੱਤੇ ਰੱਖਣਾ ਸਿਰਫ ਆਪਾਂ ਇਹ ਆ ਚੱਕ ਬਈ ਡਨ ਹੋ ਗਿਆ ਆਪਣਾ ਪਰਕ ਰੱਖ ਲਿਆ ਡਨ ਅੰਮ੍ਰਿਤਸਰ ਸਾਹਿਬ ਦਾ ਏਅਰਪੋਰਟ ਵਾਹ ਸੋਹਣਾ ਯਾਰ ਉਹ ਮਤਲਬ ਸੋਹਣਾ ਬਣਿਆ ਹੋਇਆ ਭਾਵੇਂ ਛੋਟਾ ਵਾ ਨਾ ਏਅਰਪੋਰਟ ਜਿਵੇਂ ਦਿੱਲੀ ਦਾ ਏਅਰਪੋਰਟ ਇੰਨਾ ਜ਼ਿਆਦਾ ਵੱਡਾ ਇੰਨਾ ਜ਼ਿਆਦਾ ਭਾਈ ਮੈਂ ਕੋਈ ਗੱਲ ਕਹੂੰਗਾ ਜਿਹੜੇ ਬੰਦੇ ਨੇ ਪਹਿਲੀ ਵਾਰ ਕਿਸੇ ਬਾਹਰਲੀ ਕੰਟਰੀ 'ਚ ਜਾਣਾ ਪਹਿਲੀ ਵਾਰ ਜਾਣਾ ਨਾ ਭਾਈ ਉਹ ਅੰਮ੍ਰਿਤਸਰ ਸਾਹਿਬ ਦਾ ਏਅਰਪੋਰਟ ਲਵੇ ਸਭ ਤੋਂ ਬੈਸਟ ਆ ਕਿਉਂਕਿ ਇੱਥੇ ਰਸ਼ ਜਮਾਂ ਹੀ ਨਹੀਂ ਅਤੇ ਬੰਦਾ ਸਿੱਧਾ ਸਿੱਧਾ ਜਾਂਦਾ ਨਾਲ ਦੀ ਨਾਲ ਗਾਈਡ ਕਰੀ ਜਾਂਦੇ ਆ ਉੱਥੇ ਬੰਦੇ ਪੰਜਾਬੀ ਆਪਣੇ ਵਧੀਆ ਨੇ ਸਾਨੂੰ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਪਰ ਜਿਹੜੇ ਬਾਈ ਦਿੱਲੀ 'ਚ ਨਾ ਉਹ ਉੱਥੇ ਤਾਂ ਬੰਦਾ ਬੋਂਦ ਲਿਆਂਦਾ ਵੀ ਸਾਨੂੰ ਪਤਾ ਪਿਛਲੀ ਵਾਰ ਕਿਵੇਂ ਅਸੀਂ ਘੁੰਮੇ ਜੀ ਐਤਕੀ ਸਹੀ ਹੈ ਅੰਮ੍ਰਿਤਸਰ ਸਾਹਿਬ ਬਹੁਤ ਬੈਸਟ ਆ ਸਿੱਧਾ ਸਿੱਧਾ ਬੰਦਾ ਆਉਂਦਾ ਆ ਜਵਾਕ ਵੀ ਨਹੀਂ ਬੋਰਡਿੰਗ ਸਟਾਰਟ ਹੋ ਗਈ ਆਪਣੀ ਏਅਰ ਏਸ਼ੀਆ ਦੀ ਲਾਈਨ ਪਰ ਪਹਿਲਾਂ ਹੀ ਬਹੁਤ ਲੰਬੀ ਲੱਗ ਗਈ ਦੇਖੋ ਲਾਈਨ ਕਿੰਨੀ ਲੰਬੀ ਲੱਗ ਗਈ ਉਹ ਤੱਕ ਬਹੁਤ ਟਾਈਮ ਲਾ ਜਾਣਾ ਸਾਨੂੰ ਇੱਥੇ ਚੱਲ ਇੰਨਾ ਕੁ ਬੋਰਡਿੰਗ ਸਟਾਰਟ ਹੋ ਗਈ 11:30 ਵਜੇ ਫਲੈਟ ਤੁਰਨੀ ਉਦੋਂ ਤੱਕ ਹੋ ਜੂ ਸਾਡੀ ਬੋਰਡਿੰਗ ਬੜੇ ਆਰਾਮ ਨਾਲ ਐਂਟਰ ਹੋ ਜਾਵਾਂਗੇ ਫੋਟੋਸ਼ੂਟ ਚੱਲ ਰਿਹਾ ਇੱਥੇ ਏਅਰਪੋਰਟ 'ਤੇ ਉੱਧਰ ਬੋਰਡਿੰਗ ਚੱਲ ਰਹੀ ਹੈ ਵਧੀਆ ਬਣਾਇਆ ਹੈ ਬਾਈ ਇੱਧਰ ਬੋਰਡਿੰਗ 'ਚ ਜੀ ਸੋ ਆਪਣੀ ਐਂਟਰੀ ਹੋ ਗਈ ਹੁਣ ਆਪਾਂ ਸਿੱਧਾ ਜਾ ਕੇ ਚੜ੍ਹਨਾ ਵਾ ਜਹਾਜ਼ ਆਪਾਂ ਬੋਰਡਿੰਗ ਪਾਸ ਮਤਲਬ ਸਾਰਾ ਕੁਝ ਚੈਕਿੰਗ ਸਾਰਾ ਕੁਝ ਹੋ ਗਿਆ ਦੇਖੋ ਅੰਦਰੋਂ ਹੁਣ ਆਪਾਂ ਸਿੱਧਾ ਜਾ ਕੇ ਸਿੱਧੇ ਜਾ ਕੇ ਮਤਲਬ ਜਹਾਜ਼ 'ਚ ਬੈਠਣਾ ਹੁਣ ਆਪਾਂ ਹੋਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸਭ ਕੁਝ ਆਪਣਾ ਹੋ ਗਿਆ ਆਲ ਓਕੇ ਰਿਪੋਰਟ ਆ ਸਿੱਧਾ ਜਾ ਕੇ ਜਹਾਜ਼ 'ਚ ਬੈਠਣਾ ਜਹਾਜ਼ ਦੇਖ ਆਪਣਾ ਉਹੀ ਨਹੀਂ ਪਿਛਲੀ ਵਾਰ ਜ਼ਿਆਦਾ ਰੈੱਡ ਸੀਗਾ ਚੇਂਜ ਆ ਥੋੜ੍ਹਾ ਜਿਹਾ ਚੇਂਜ ਆ ਕਰਨੀ ਤੁਹਾਨੂੰ ਜਹਾਜ਼ ਦਿਖਾਉਂਦੇ ਆਪਣਾ ਅੰਦਰ ਆਪਣਾ ਜਹਾਜ਼ ਲੱਗੂ ਡਰ ਪੱਕਾ ਲੱਗੂ ਯਾਰ ਚੜ੍ਹਨ ਵੇਲੇ ਪਹਿਲੀ ਵਾਰ ਆਪਣੀ ਹੋ ਗਈ ਐਂਟਰੀ ਸਭ ਤੋਂ ਜਹਾਜ਼ ਦੀ ਐਂਟਰੀ ਹੋਣ ਲੱਗੀ ਆ ਅੰਦਰ ਇਹ ਆ ਚੱਕੋ ਐਂਟਰ ਹੋ ਗਏ ਬਾਈ ਜੀ ਹੋ ਗਏ ਮੇਰਾ ਇੱਕ ਪੈਰ ਰਹਿੰਦਾ ਚੱਲ ਤਰਨੀ ਜਲਦੀ ਕੱਲਾ ਉਹ ਦੇਖਣਾ ਬੋਰਡਿੰਗ ਪਾਸ ਫੋਟੀ ਜੀ ਪਰੇ ਸੀ ਪਰੇ ਸੀ ਸਾਨੂੰ ਆਹ ਸੀਟ ਮਿਲੀ ਵਿੰਡੋ ਸੀਟ ਨੀ ਮਿਲੀ ਮਿਲੀ ਨੀ ਮੈਂ ਵੀਰੇ ਨਾਲ ਐਡਜਸਟ ਕਰ ਲਿਆ ਮੇਰੀ ਸੀਟ ਸੀ ਉਹ ਵਾਲੀ ਇੱਥੇ ਸੀ ਜਮਾਂ ਹੀ ਵਿਚਾਲੇ ਬਾਈ ਇਹਦਾ ਮੈਨੂੰ ਤਾਂ ਇਹ ਸੀ ਵਿੰਡੋ ਸੀਟ ਮਿਲੂਗੀ ਚਲੋ ਕੋਈ ਨਾ ਸੀਟ ਆਪਾਂ ਵੀਰ ਨੇ ਐਡਜਸਟ ਕਰ ਲਈ ਵਿੰਡੋ ਸੀਟ ਹੋ ਗਈ ਹੁਣ ਆਪਣੀ ਦੇਖੋ ਸਾਡਾ ਜਹਾਜ਼ ਕਿੰਨਾ ਵੱਡਾ ਵਾ ਉਹ ਮਗਰ ਦਾ ਜਹਾਜ਼ ਆਪਣਾ ਤੁਰ ਪਿਆ ਵਾ ਸ਼ੀਸ਼ਾ ਸਾਫ਼ ਕਰਨ ਵਾਲਾ ਕਿਹੜਾ ਸੁਣਦਾ ਉਹ ਤੁਹਾਨੂੰ ਸਾਡਾ ਜਹਾਜ਼ ਕ੍ਰੂ ਇਨ ਚਾਰਜ
ਜਦੋਂ ਉੱਤੇ ਜਾਣਾ ਵਾ ਨਾ ਡਰ ਤਾਂ ਉਦੋਂ ਲੱਗਣਾ, ਉਦੋਂ ਪਹਿਲਾਂ ਕੁਛ ਨਹੀਂ ਹੈਗਾ, ਜਦੋਂ ਇੱਕ ਵਾਰ ਉੱਤੇ ਨੂੰ ਜਾਣਾ ਵਾ ਗੇਅਰ ਪਿੱਛੇ ਵਾਲਾ ਪਾ ਲਿਆ ਬੈਗ ਡਰ ਲੱਗਦਾ ਨਾ ਇੱਕ ਵਾਰ ਲੱਗਦਾ ਇੰਸਟਰਕਸ਼ਨ ਦੇਣਗੇ ਆਪਾਂ ਨੂੰ ਜਹਾਜ਼ 'ਚ ਕਿਵੇਂ ਰਹਿਣਾ ਕੀ ਕਰਨਾ, ਜੇ ਜਹਾਜ਼ ਬੰਦਿਆਂ ਵਾਂਗੂ ਬਹਿਣਾ ਹੈਲਤ ਨਹੀਂ ਕਰਨੀ ਉਰੇ ਪਰ ਫਿਰਨਾ ਉਰੇ ਪਰੇ ਉਹ ਚੱਕ ਸੀਟ ਬੈਲਟ ਕਹਿੰਦੀ ਤੁਹਾਡੀ ਸੀਟ ਦੇ ਥੱਲੇ ਕੁਛ ਨੀ ਹੁੰਦਾ ਵੀਰੇ, ਲਾਈਟਾਂ ਬੰਦ ਹੋ ਗਈਆਂ ਸਹੀ ਗੱਲ ਬਾਈ ਸੀਟ ਬੈਲਟ ਲਾ ਦੀ ਹੁਣ ਉੱਥੇ ਜਾ ਕੇ ਬਲੌਗ ਕਰਾਂਗੇ ਸੌਂ ਕੇ ਚੈੱਕ ਕਰੋ ਜਹਾਜ਼ ਦਾ ਵਾਸ਼ਪੀਸ਼ਨ ਛੋਟਾ ਹੈ ਸਵੇਰ ਹੋ ਗਈ ਅਤੇ ਬਾਈ ਇੰਨਾ ਜ਼ਿਆਦਾ ਖੱਜਲ ਹੋਏ ਨਾ ਗਰਦਨ ਦੁਖੀ ਜਾਂਦੀ ਵਿਊ ਚੈੱਕ ਕਰੋ ਸਵੇਰ ਸਵੇਰ ਦਾ ਵਿਊ ਕੁਆਲਾਲੰਪੁਰ ਮਲੇਸ਼ੀਆ ਦਾ ਰੋਡਵੇਜ ਦੀ ਬੱਸ ਆ ਉਹਦੇ ਉਹ ਜਹਾਜ਼ ਚੜ੍ਹ ਵੀ ਜਾ ਰਹੇ ਨੇ
ਦੇਖੋ ਬਈ ਪਹੁੰਚ ਗਏ ਮਲੇਸ਼ੀਆ 'ਚ। ਮਿੰਟ ਮਾਰਿਆ ਤਾਰਨ ਵੇਲੇ ਤਾਂ ਨਾ ਆਪਾਂ ਲੈਂਡਿੰਗ ਕਰ ਚੁੱਕੇ ਹਾਂ ਕੁਆਲਾਲੰਪੁਰ ਮਲੇਸ਼ੀਆ 'ਚ। ਹੁਣ ਜਹਾਜ਼ 'ਚੋਂ ਉਤਰਨ ਲੱਗੇ ਹਾਂ ਸਾਰੇ ਆਪਦਾ ਆਪਦਾ ਸਮਾਨ ਚੱਕ ਹੈਗਾ ਕੱਲ੍ਹ ਦਾ ਤੁਸੀਂ ਤਾਂ ਬਹੁਤ ਨਹਾ ਨਹੁ ਕੇ ਬੈਠੇ ਮੈਂ ਨਹਾ ਲਿਆ ਜੀ ਬਾਥਰੂਮ 'ਚ ਜਾ ਕੇ ਉਹ ਦੇਖੋ ਕਿਵੇਂ ਗਾਹ ਪਿਆ ਸਮਾਨ ਚੱਕਣ ਨੂੰ ਜਹਾਜ਼ ਨੇ ਜੁੜਿਆ ਬਾਹਰ ਸੇਕ ਕਿੰਨਾ ਮਾਰਦਾ ਦੇਖਿਆ ਸੇਕ ਆਪਾਂ ਮਲੇਸ਼ੀਆ ਦੇ ਏਅਰਪੋਰਟ 'ਤੇ ਅੰਦਰ ਆ ਗਏ ਐਂਟਰ ਕਰ ਗਿਆ। ਹੁਣ ਰਹਿ ਗਈ ਮਲੇਸ਼ੀਆ ਦੀ ਇਮੀਗ੍ਰੇਸ਼ਨ ਦੇਖਦੇ ਇੱਥੇ ਦੀ ਇਮੀਗ੍ਰੇਸ਼ਨ ਵੈਸੇ ਯਾਰ ਔਖੀ ਬਹੁਤ ਜ਼ਿਆਦਾ ਹੁੰਦੀ ਆ ਸਭ ਤੋਂ ਔਖਾ ਗੱਲ ਇਹ ਰਿਪੋਰਟ ਕਰ ਦਿੰਦੀ ਜਿਹਦੀ ਨਾਲ ਦੀ ਨਾਲ ਬੰਦੇ ਇਹਦੇ ਬਾਈ ਕੀ ਕਹਿੰਦਾ ਏਅਰਪੋਰਟ ਦੇਖੋ ਤੁਸੀਂ ਬਾਈ ਏਅਰਪੋਰਟ ਬਹੁਤ ਸੋਹਣਾ ਮਲੇਸ਼ੀਆ ਵਿੱਚ ਇਹਨਾਂ ਦੀਆਂ ਜ਼ਿਆਦਾਤਰ ਫਲਾਈਟਾਂ ਸਾਰੀਆਂ ਏਅਰ ਏਸ਼ੀਆ ਹੀ ਨੇਗੀਆਂ ਨਾ ਜਿੰਨੀਆਂ ਜ਼ਿਆਦਾਤਰ ਆਪਾਂ ਦੇਖੀਆਂ ਨੇ ਸਾਰੀ ਭਰੀ ਵੀ ਏਅਰ ਏਸ਼ੀਆ ਇੱਕ ਉਹ ਚੱਲੀ ਏਅਰ ਏਸ਼ੀਆ ਮਲੇਸ਼ੀਆ ਦਾ ਕਿੰਨਾ ਜ਼ਿਆਦਾ ਘੈਂਟ ਹੈ ਨਾ। ਹੁਣ ਮਲੇਸ਼ੀਆ 'ਚ ਐਂਟਰ ਆਉਣ ਲਈ ਅਖੀਰਲਾ ਪੜਾਅ ਆ ਗਿਆ ਮਲੇਸ਼ੀਆ ਦੀ ਇਮੀਗ੍ਰੇਸ਼ਨ। ਬਸ ਇੱਕ ਵਾਰ ਆਹ ਕਲੀਅਰ ਹੋ ਜੇ ਫਿਰ ਮਲੇਸ਼ੀਆ 'ਚ ਐਂਟਰ। ਬਾਈ ਆਪਣੀ ਇਮੀਗ੍ਰੇਸ਼ਨ ਹੋ ਗਈ ਆ ਹਲੇ ਬਾਕੀ ਰਹਿੰਦੇ ਉਹਨੇ ਮੈਂ ਤਾਂ ਖਾਸ ਇੱਕ ਕੁਐਸਚਨ ਪੁੱਛੀ ਕਹਿੰਦੇ ਕਿੰਨੇ ਜਾਣੇ ਹੋ ਮੈਂ ਕਿਹਾ ਵੀ 10 ਜਾਣੇ ਆ ਕਹਿੰਦੇ ਕਾਹਦੇ ਲਈ ਆਏ ਮੈਂ ਕਿਹਾ ਵੀ ਸਾਖੀ ਸੈਲੀਬ੍ਰੇਸ਼ਨ ਦੀ ਕਹਿੰਦਾ ਪਹਿਲਾਂ ਕਦੇ ਆਏ ਹੋ ਮੈਂ ਕਿਹਾ ਹਾਂ ਵੀ ਪਿਛਲੇ ਸਾਲ ਵੀ ਆਏ ਸੀਗੇ ਜੀ ਉਹਨੇ ਖਾਸ ਇੱਕ ਉਹ ਤੋਂ ਬਾਅਦ ਫਿਰ ਕਿਤੇ ਜਾ ਕੇ ਜਾਣ ਦਿੱਤਾ ਹਲੇ ਬਾਕੀ ਮੈਂ ਲੱਗਦਾ ਅੰਦਰ ਹੀ ਨੇਗੇ ਸ਼ਾਇਦ ਚਲੋ ਜਦੋਂ ਆਪਾਂ ਬਾਕੀ ਦੇਖਦੇ ਹਾਂ ਬਾਅਦ। ਸਟੈਂਪ ਆਪਣੀ ਲੱਗ ਗਿਆ ਤੁਹਾਨੂੰ ਸਟੈਂਪ ਰਖਾਉਂਦਾ ਇੱਕ ਸਕਿੰਟ ਵੇਟ ਕਰਿਓ ਜੀ ਆਹ ਚੱਕੋ ਜੀ ਆਹ ਪਿਛਲੇ ਸਾਲ ਦੀਆਂ ਨੇ ਆਹ ਹੁਣ ਕੀ ਹੈ ਦੋ ਸਟੈਂਪਾਂ ਲੱਗ ਗਈਆਂ ਆਪਣੀਆਂ ਅਜੇ ਤੋਂ ਬਾਅਦ ਚੱਲਦੇ ਹਾਂ ਬੈਗ ਲੈਣ ਲੱਗੇ ਆਪਾਂ ਬਾਹਰ ਸੌਂਦੇ ਨੇ ਵੈਲਕਮ ਟੂ ਮਲੇਸ਼ੀਆ ਮਲੇਸ਼ੀਆ ਸੈਂਟਰ ਹੋਣ ਲੱਗੇ ਹਾਂ ਆਪਾਂ। ਇਮੀਗ੍ਰੇਸ਼ਨ ਤਾਂ ਹੋ ਗਈ ਬਾਈ ਪਰ ਜਿਹੜੇ ਆ ਕਸਟਮ ਵਾਲੇ ਆ ਨਾ ਇਹ ਹਰੇਕ ਸਾਲ ਸ਼ਾਸਤਰਾਂ ਦਾ ਪੰਗਾ ਪਾਉਂਦੇ ਹੀ ਪਾਉਂਦੇ ਆ। ਪਿਛਲੇ ਸਾਲ ਵੀ ਇਹਨਾਂ ਨੇ ਪਾਇਆ ਸੀ ਹੁਣ ਐਤਕੀ ਫੇਰ ਆ ਹੁਣ ਕਹਿੰਦੇ ਸ਼ਾਸਤਰ ਵੀ ਇੰਨੇ ਸਪੋਰਟਸ ਤੁਸੀਂ ਕੀ ਕਰਨੇ ਆ ਸਾਡੀ ਕੰਟਰੀ 'ਚ ਕੀ ਕਰੋਗੇ ਇਹ ਕਰੋ ਪਿਛਲੇ ਸਾਲ ਵੀ ਸਾਨੂੰ ਸ਼ਾਸਤਰ ਘੇਰ ਲਈ ਇਹਨਾਂ ਨੇ ਫਿਰ ਉਹਦੇ ਜਦੋਂ ਜਿਹੜੇ ਸਾਨੂੰ ਸੱਦ ਦਿੰਦੇ ਸਿੱਖ ਨੌਜਵਾਨ ਸਭਾ ਦੇ ਫਿਰ ਉਹ ਆਉਂਦੇ ਹੁੰਦੇ ਉਹ ਆ ਕੇ ਸਾਰਾ ਚੈਕਿੰਗ ਕਰਕੇ ਫਿਰ ਉਹਨਾਂ ਨਾਲ ਤੋਰਦੇ ਹੁੰਦੇ ਸਾਨੂੰ ਐਤਕੀ ਵੀ ਸ਼ਾਇਦ ਉਹਨਾਂ ਨੇ ਬੁਲਾਉਣਾ ਪਊਗਾ ਬਾਕੀ ਦੇ ਕੀ ਕਰਦੇ ਆ। ਵੈਲਕਮ ਟੂ ਮਲੇਸ਼ੀਆ ਸਾਡਾ ਤਾਂ ਹੋ ਗਿਆ ਬਸ ਸ਼ਾਸਤਰ ਰਹਿ ਗਏ ਸਾਡੇ ਸ਼ਾਸਤਰ ਬਹਿ ਗਏ ਤਾਂ ਕਸਟਮ ਵਾਲਿਆਂ ਕੋਲ ਇਮੀਗ੍ਰੇਸ਼ਨ ਤੋਂ ਬਾਅਦ ਕਸਟਮ ਬਹੁਤ ਪੰਗਾ ਪਾਉਂਦੀ ਹੈ ਬਾਈ ਇਹ ਮਲੇਸ਼ੀਆ ਦੀ ਇਮੀਗ੍ਰੇਸ਼ਨ ਪੂਰੀ ਵਰਲਡ ਨਾਲ ਪੂਰੀ ਦੁਨੀਆ ਤੋਂ ਸਭ ਤੋਂ ਗੰਦੀ ਇਮੀਗ੍ਰੇਸ਼ਨ ਹੈ ਬਹੁਤ ਔਖਾ ਕਰਦੇ ਬਾਈ ਇਹ ਇੰਨਾ ਕੋਈ ਨਹੀਂ ਪੁੱਛਦਾ ਨਾਲੇ ਵੀਜ਼ਾ ਵੀ ਇਹਨਾਂ ਨੇ ਫ੍ਰੀ ਕੀਤਾ ਆ ਤਾਂ ਵੀ ਦੇਖ ਲਓ ਸ਼ਾਸਤਰ ਵੀ ਜਾਣਦੇ ਵੀ ਖੇਡਣਾ ਹੀ ਅਸੀਂ ਉੱਥੇ ਕੀ ਕਰਨ ਜਾਣਾ ਚਲੋ ਦੇਖਦੇ ਹਾਂ ਕੀ ਕਰਨਾ ਮਲੇਸ਼ੀਆ ਦੇ ਬਾਥਰੂਮ ਚੈੱਕ ਕਰੋ ਜੀ ਪੂਰੇ ਨੀਟ ਐਂਡ ਕਲੀਨ ਪੂਰਾ ਕਲੀਨ ਪ੍ਰੋਸੈਸ ਹੈ ਜਿਹੜਾ ਬਾਈ ਹਾਂਜੀ ਗਲਾਸ ਦੇਖੋ ਮਲੇਸ਼ੀਆ ਦੇ ਏਅਰਪੋਰਟ ਆਪਾਂ ਹੁਣ ਇੱਥੋਂ ਨਿਕਲਣ ਲੱਗੇ ਅੜੀ ਮੈਂ ਪੱਕਾ ਡਰਾਈਵਰ ਹਾਂ ਇੱਥੋਂ ਨਿਕਲਣ ਲੱਗੇ ਉਹਦੇ ਐਗਜ਼ਿਟ ਪੁਆਇੰਟ ਮਲੇਸ਼ੀਆ ਦੇ ਏਅਰਪੋਰਟ ਦਾ ਬਾਈ ਆਪਾਂ ਮਲੇਸ਼ੀਆ ਤੋਂ ਬਾਹਰ ਨਿਕਲੇ Thank you.
ਏਅਰਪੋਰਟ ਤੋਂ ਆਪਾਂ ਆ ਗਏ ਹਾਂ। ਹੁਣ ਆਪਾਂ ਆਏ ਇੱਥੇ ਖਾਣ ਪੀਣ ਲਈ ਸਭ ਤੋਂ ਪਹਿਲਾਂ ਹੋਟਲ ਤੋਂ, ਉਹ ਤੋਂ ਬਾਅਦ ਜਿੱਥੇ ਆਪਾਂ ਰਹਿਣਾ ਉੱਥੇ ਜਾਵਾਂਗੇ, ਖਾ ਪੀ ਕੇ ਫਿਰ ਆਪਣੇ ਹਾਊਸ 'ਚ ਜਾਵਾਂਗੇ। ਚੈੱਕ ਕਰੋ ਬਾਈ ਤੁਸੀਂ ਮਲੇਸ਼ੀਆ ਦਾ ਦੁਨੀਆ ਦੀ ਸੈਕਿੰਡ ਲਾਰਜੈਸਟ ਬਿਲਡਿੰਗ। ਚੈੱਕ ਕਰੋ ਮਲੇਸ਼ੀਆ ਦੀ ਲੱਗਿਆ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਪੂਰਾ ਵਲੌਗ ਦੇਖਿਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਦਾ ਵੀ ਧੰਨਵਾਦ। ਸੋ ਹੁਣ ਆਪਾਂ ਇੱਕ ਮਹੀਨਾ ਇੱਥੇ ਮਲੇਸ਼ੀਆ 'ਚ ਹੀ ਹਾਂ, ਸਿਮ ਸੁਮ ਲੈਂਦੇ ਹਾਂ, ਹੁਣ ਅੱਜ ਸੌਂਦੇ ਹਾਂ, ਕੱਲ੍ਹ ਵਲੌਗ ਸਟਾਰਟ ਕਰਾਂਗੇ। ਇੱਕ ਮਹੀਨਾ ਪੂਰਾ ਇੱਥੇ ਮਲੇਸ਼ੀਆ 'ਚ ਡੇਲੀ ਵਲੌਗ ਆਉਣਗੇ। ਬਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤੁਹਾਨੂੰ ਪੂਰਾ ਮਲੇਸ਼ੀਆ ਘੁਮਾਉਣਾ ਆਪਾਂ, ਕਿਉਂਕਿ ਆਪਾਂ ਅਸੀਂ ਮਤਲਬ ਅਲੱਗ ਅਲੱਗ ਜਗ੍ਹਾ 'ਤੇ ਖੇਡਦੇ ਹੁੰਦੇ ਹਾਂ ਪੂਰਾ ਇੱਕ ਮੰਥ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਡੇਲੀ, ਮਤਲਬ ਕਿਤੇ ਨਾ ਕਿਤੇ ਸਾਡੇ ਪ੍ਰੋਗਰਾਮ ਹੁੰਦੇ ਆ, ਡੇਲੀ ਖੇਡਾਂਗੇ, ਤੁਹਾਨੂੰ ਪੂਰਾ ਮਲੇਸ਼ੀਆ ਘੁਮਾਵਾਂਗੇ। ਸਾਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਧੰਨਵਾਦ।